ਆਮ ਆਦਮੀ ਪਾਰਟੀ ਦੀ ਲੋਕ ਸਭਾ ਉਮੀਦਵਾਰਾਂ ਦੀ ਪਹਿਲੀ ਲਿਸਟ ਸਾਹਮਣੇ ਆਈ ਤਾਂ ਫਰੀਦਕੋਟ ਤੋਂ ਇਕ ਚਿਹਰਾ ਸਭ ਨੂੰ ਹੈਰਾਨ ਕਰ ਰਿਹਾ ਸੀ, ਉਹ ਸੀ ਕਰਮਜੀਤ ਅਨਮੋਲ। ਫਿਲਮ ਇੰਡਸਟਰੀ ਦੇ ਵਿਚ 3 ਦਸ਼ਕ ਤੋਂ ਬਹੁਤ ਵੱਡਾ ਨਾਮ ਹੈ, ਲੇਕਿਨ ਸਿਆਸਤ ਦੇ ਵਿਚ ਕਿਸ ਤਰੀਕੇ ਦੇ ਨਾਲ ਐਂਟਰੀ ਹੋ ਰਹੀ ਹੈ ਔਰ ਐਂਟਰੀ ਕਰਨ ਦੀ ਵਜ੍ਹਾ ਕੀ ਹੈ, ਅਨਮੋਲ ਹੋਰਾਂ ਨਾਲ ਗੱਲਬਾਤ ਕਰ ਲੈਂਦੇ ਹਾਂ। ਕਰਮ ਜੀ, ਬਹੁਤ ਬਹੁਤ ਪਹਿਲਾਂ ਤਾਂ ਮੁਬਾਰਕਾਂ। ਥੈਂਕ ਯੂ ਜੀ, ਥੈਂਕ ਯੂ ਸੋ ਮਚ ਜੀ। ਆਮ ਆਦਮੀ ਪਾਰਟੀ 'ਚ ਐਂਟਰੀ ਦੀ ਵਜ੍ਹਾ ਕੀ ਹੈ? ਕੀ ਪੁਰਾਣੀ ਦੋਸਤੀ ਜੁਗਨੂ ਵਾਲੀ ਦੋਸਤੀ ਹੈ ਜੀ, ਜਾਂ ਫਿਰ ਮਨ ਸੀਗਾ ਕਿ ਇੰਡਸਟਰੀ 'ਚ ਬਹੁਤ ਕੰਮ ਕਰ ਲਿਆ ਹੁਣ ਸਿਆਸਤ 'ਚ ਆਉਣਾ ਚਾਹੀਦਾ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ, ਕੇਜਰੀਵਾਲ ਸਾਹਿਬ ਦਾ, ਪਾਠਕ ਸਾਹਿਬ ਦਾ, ਜਿਨ੍ਹਾਂ ਨੇ ਮੇਰੇ 'ਤੇ ਐਡਾ ਵੱਡਾ ਭਰੋਸਾ ਜਿਤਾਇਆ। ਸੋ ਬਾਕੀ ਇਸ ਲਾਈਨ 'ਚ ਆਉਣ ਦਾ ਕਾਰਨ ਇਹ ਮਾਨ ਸਾਹਿਬ ਹੀ ਨੇ, ਕਿਉਂਕਿ ਜਿਵੇਂ ਪਾਰਟੀ ਕਿਹਾ ਕਿ ਮੈਨੂੰ ਸਾਰੀਆਂ ਪਾਰਟੀਆਂ 'ਚੋਂ ਇਹੀ ਪਾਰਟੀ ਜ਼ਿਆਦਾ ਵਧੀਆ ਲੱਗਦੀ ਸੀ। ਸੋ ਤਾਂ ਕਰਕੇ, ਕਿਉਂਕਿ ਚੰਗੇ ਕੰਮ ਕਰ ਰਹੇ ਨੇ ਮਾਨ ਸਰਕਾਰ ਔਰ ਲੋਕ ਖੁਸ਼ ਨੇ, ਸੋ 2 ਸਾਲ ਦੀ ਕਾਰਗੁਜ਼ਾਰੀ ਤੁਸੀਂ ਦੇਖ ਹੀ ਰਹੇ ਹੋ ਸਰਕਾਰ ਦੀ, ਤਾਂ ਇਹ ਕਾਰਨ ਸੀਗਾ ਕਿ ਮੈਂ ਇਸ ਪਾਰਟੀ ਤੋਂ ਲੜਾਂ। ਜਦੋਂ ਤੁਹਾਡਾ ਸ਼ੁਰੂਆਤੀ ਕਰੀਅਰ ਸੀਗਾ, ਉਸ ਵੇਲੇ ਭਗਵੰਤ ਮਾਨ ਨੇ ਬਹੁਤ ਮਦਦ ਕੀਤੀ, ਤੁਸੀਂ ਇਕੱਠੇ ਬਹੁਤ ਸਾਰੇ ਤੁਹਾਡੇ ਸ਼ੋਅ ਜਿਹੜੇ ਹਿੱਟ ਹੁੰਦੇ ਸੀਗੇ, ਤੁਹਾਨੂੰ ਲੱਗਦਾ ਕਿ ਉਹੀ ਮਦਦ ਜਿਹੜੀ ਉਹ ਸਿਆਸਤ 'ਚ ਵੀ ਕਰਨਗੇ ਜਾਂ ਸ਼ੁਰੂ ਕਰ ਦਿੱਤੀ ਉਹਨਾਂ ਨੇ ਮਦਦ? ਬਿਲਕੁਲ ਜੀ, ਕਿਉਂਕਿ ਉਹਨਾਂ ਨੇ, ਉਹ ਬਹੁਤ ਵੱਡਾ ਨਾਂ ਹੈ ਅੱਜ ਸਿਆਸਤ ਦਾ, ਸੋ ਉਹਨਾਂ ਤੋਂ ਬਹੁਤ ਕੁਛ ਸਿੱਖਿਆ ਵੀ ਔਰ ਸਿੱਖਾਂਗੇ ਵੀ। ਅਤੇ ਜਿਵੇਂ ਉਹਨਾਂ ਨੇ ਪੰਜਾਬ ਦੀ ਆਵਾਜ਼ ਦਿੱਲੀ ਵਿੱਚ ਜਾ ਕੇ ਸੰਸਦ ਵਿੱਚ ਉਠਾਈ, ਅਤੇ ਉਸੇ ਆਵਾਜ਼ ਨੂੰ ਕੰਟੀਨਿਊ ਕਰਾਂਗੇ। ਕਿਉਂਕਿ 90 ਦੇ ਦਹਾਕੇ ਦੇ ਵਿੱਚ ਤੁਸੀਂ ਇਕੱਠੇ ਕੰਮ ਕਰਦੇ ਸੀ, ਉਦੋਂ ਤਾਂ ਬੜੇ ਵਿਅੰਗ ਜਿਹੜੇ ਉਹ ਕੱਸੇ ਜਾਂਦੇ ਸੀ ਸਿਆਸਤ ਨੂੰ ਲੈ ਕੇ। ਅੱਜ ਮੈਨੂੰ ਲੱਗਦਾ ਕਿ ਜਦੋਂ ਤੁਹਾਡੀ ਐਂਟਰੀ ਹੋਣੀ ਹੈ, ਤੁਹਾਡੇ ਤਾਂ ਵੀ ਵਿਅੰਗ ਜਿਹੜੇ ਨੇ ਬਣਨਗੇ। ਬਿਲਕੁਲ ਜੀ, ਬਣਨੇ ਵੀ ਚਾਹੀਦੇ ਨੇ, ਕਿਉਂਕਿ ਫਿਰ ਹੀ ਬੰਦਾ ਠੀਕ ਰਹਿੰਦਾ ਹੈ। ਜੇ ਤਾਂ ਬੱਲੇ ਬੱਲੇ ਹੀ ਹੋ ਜਾਵੇ, ਫਿਰ ਬੰਦਾ ਥੋੜ੍ਹਾ ਮਤਲਬ ਹਵਾ 'ਚ ਵੀ ਆ ਜਾਂਦਾ। ਹਵਾ ਖਿੱਚਣ ਵਾਸਤੇ ਵਿਅੰਗ ਵੀ ਚਾਹੀਦੇ ਨੇ, ਕਿਉਂਕਿ ਬੰਦੇ ਨੂੰ ਪਤਾ ਵੀ ਲੱਗਦਾ ਰਹਿੰਦਾ ਵੀ ਮੈਂ ਇੱਥੇ ਗਲਤ ਜਾ ਰਿਹਾ ਅਤੇ ਉਹ ਅੱਗੇ ਤੋਂ ਆਪਣਾ ਸਹੀ ਕੰਮ ਕਰੂੰਗਾ। ਪਹਿਲਾਂ ਫੋਨ ਕਹਿੰਦਾ ਆਇਆ ਸੀ, ਕਿਉਂਕਿ ਚਰਚਾਵਾਂ ਤਾਂ ਸੀਗੀਆਂ, ਤੁਸੀਂ ਤਿਆਰੀ ਵੀ ਸ਼ੁਰੂ ਕਰਤੀ ਸੀ ਸੰਗਰੂਰ ਤੋਂ, ਜਿਹਨੂੰ ਆਮ ਆਦਮੀ ਪਾਰਟੀ ਦੀ ਰਾਜਧਾਨੀ ਵੀ ਕਿਹਾ ਜਾਂਦਾ, ਉੱਥੇ ਮੀਥੇਅਰ ਆ ਗਏ। ਤੁਹਾਡੀ ਕਦੋਂ ਪਤਾ ਲੱਗਾ, ਕਿੰਨੇ ਕਿਹਾ ਕਿ ਨਹੀਂ ਸੰਗਰੂਰ ਨਹੀਂ, ਤੁਹਾਨੂੰ ਫਰੀਦਕੋਟ ਬਾਬੇ ਫਰੀਦ ਦੀ ਧਰਤੀ ਜਾਣਾ ਪੈਣਾ? ਇਹ ਮਾਨ ਸਾਹਿਬ ਹੋਣਾ ਨੇ ਅਤੇ ਪਾਠਕ ਸਾਹਿਬ ਹੋਣਾ ਦੀ ਮਤਲਬ ਇਹ ਗੱਲਬਾਤ ਹੋਈ ਹੈ ਜੀ। ਸੋ ਮੈਂ ਤਾਂ ਪਹਿਲਾਂ ਸੰਗਰੂਰ ਬਾਰੇ ਵੀ ਮੇਰਾ ਤਾਂ ਮੈਨੂੰ ਕਿਹਾ ਗਿਆ ਸੀ, ਉਸ ਤੋਂ ਬਾਅਦ ਅੱਜ ਸਭ ਤੋਂ ਪਹਿਲਾਂ ਫੋਨ ਮਾਨ ਸਾਹਿਬ ਦੇ ਆ ਕੇ ਅੱਜ ਤੈਨੂੰ ਫਰੀਦਕੋਟ ਨੂੰ ਭੇਜ ਰਹੇ ਹਾਂ ਅਤੇ ਆਪਣੇ, ਹਾਂਜੀ, ਅਤੇ ਭਰਨੀਆਂ ਪੈਣੀ ਸੀ ਜੀ। ਕਹਿੰਦੇ ਜਦੋਂ ਸ਼ੁੱਕਰਵਾਰ ਦਾ ਦਿਨ ਆਉਂਦਾ ਨਾ, ਉਦੋਂ ਹਰੇਕ ਆਰਟਿਸਟ ਦੀ ਦਿਲ ਦੀ ਧੜਕਣ ਵਧੀ ਹੁੰਦੀ ਜਿੰਦੀ ਫਿਲਮ ਆਣੀ ਹੈ, ਤਾਂ ਹੁਣ ਤੁਹਾਡੀ ਦਿਲ ਦੀ ਧੜਕਣ ਵਧੀ ਹੈ ਕਿ ਐਂਟਰੀ ਹੋ ਗਈ ਸਿਆਸਤ ਦੇ ਵਿੱਚ, ਔਰ ਜਿਹੜੀ ਸ਼ੁੱਕਰਵਾਰ ਦਾ ਦਿਨ ਕਹਿੰਦੇ ਆ, ਅਜੇ ਤਰੀਕਾਂ ਦਾ ਐਲਾਨ ਤੇ ਨਹੀਂ ਹੋਇਆ, ਲੇਕਿਨ ਉਹ ਸ਼ੁੱਕਰਵਾਰ ਦਾ ਦਿਨ ਜਿਹੜਾ ਹੋਇਆ ਅਗਲੇ 2 ਮਹੀਨਿਆਂ 'ਚ ਆ ਜਾਣਾ? ਨਹੀਂ, ਬਿਲਕੁਲ ਜੀ, ਪੂਰੀ ਮਿਹਨਤ ਕਰਾਂਗੇ ਜੀ, ਅਤੇ ਕਿਉਂਕਿ ਮੈਨੂੰ ਪੂਰੀ ਉਮੀਦ ਹੈ ਜਿਵੇਂ ਸਰਕਾਰ ਨੇ ਕੰਮ ਕੀਤੇ ਆ ਪੰਜਾਬ ਦੇ ਵਿੱਚ, ਉਹ ਕੰਮਾਂ ਦਾ ਫਤਵਾ ਜ਼ਰੂਰ ਮਿਲੂਗਾ ਜੀ, ਉਸ ਚੀਜ਼ ਦਾ ਸਾਨੂੰ ਫਾਇਦਾ ਹੋਊਗਾ। ਜਿਸ ਤਰੀਕੇ ਨਾਲ ਤੁਹਾਨੂੰ ਪੰਜਾਬੀ ਲੋਕ ਜਾਣਦੇ ਨੇ, ਉਹ ਜਾਣਦੇ ਕਮੇਡੀਅਨ ਦੇ ਤੌਰ 'ਤੇ, ਤੁਸੀਂ ਲੋਕਾਂ ਨੂੰ ਹਸਾਉਂਦੇ ਹੋ, ਦਿਲ ਖੁਸ਼ ਕਰਦੇ ਹੋ, ਲੇਕਿਨ ਇਹ ਅੱਜ ਮੇਰੀ ਜਿਹੜੀ ਤੁਹਾਡੇ ਨਾਲ ਗੱਲਬਾਤ ਹੋ ਰਹੀ, ਬੜੀ ਸੀਰੀਅਸ ਤੁਸੀਂ ਗੱਲਬਾਤ ਕਰ ਰਹੇ ਹੋ। ਨਹੀਂ ਨਹੀਂ, ਐਸੀ ਗੱਲ ਨਹੀਂ, ਮੈਂ ਕਾਮੇਡੀ ਦੇ ਨਾਲ ਨਾਲ ਮੈਂ ਸੰਜੀਦਾ ਜਿਹੜੇ ਗਾਣੇ ਵੀ ਗਾਏ ਹੈ, ਸੋ ਐਸੀ ਗੱਲ ਨਹੀਂ ਕਿ ਮੈਂ ਇੱਕ ਜਿਹੜਾ ਸਭ ਤੋਂ ਮਤਲਬ ਜਿਵੇਂ ਮਾਨ ਸਾਹਿਬ ਸੀਗੇ ਅਤੇ ਜਦੋਂ ਆਪਣੇ ਫੀਲਡ ਦੇ ਵਿੱਚ ਸੀ ਉਦੋਂ ਸਭ ਤੋਂ ਵੱਧ ਹਸਾਉਂਦੇ ਸੀ, ਅਤੇ ਇਸ ਲਾਈਨ ਦੇ ਵਿੱਚ ਉਹਨਾਂ ਨੇ ਗੰਭੀਰ ਮੁੱਦੇ ਵੀ ਚੱਕੇ ਨੇ ਔਰ ਤਾਂ ਹੀ ਲੋਕਾਂ ਦੇ ਦਿਲਾਂ 'ਤੇ ਉਹ ਰਾਜ ਕਰ ਰਹੇ ਨੇ। ਮੈਨੂੰ ਇਹ ਪਤਾ ਲੱਗਾ ਸਿਆਸਤ 'ਚ ਤੁਹਾਡਾ ਮਨ ਨਹੀਂ ਸੀ, ਤੁਹਾਡਾ ਬੜਾ ਵਧੀਆ ਰੋਜ਼ਗਾਰ ਚੱਲ ਰਿਹਾ, ਤੁਹਾਡੀ ਘਰ ਵਾਲੀ ਤੁਹਾਨੂੰ ਜ਼ਿਆਦਾ ਪੰਪ ਕਰਦੀ ਸੀ, ਦੇਖ ਤੇਰਾ ਦੋਸਤ ਤਾਂ ਸੀਐਮ ਵੀ ਬਣ ਗਿਆ, ਤੈਨੂੰ ਵੀ ਸਿਆਸਤ 'ਚ ਆਉਣਾ ਚਾਹੀਦਾ, ਗੱਲ ਸਹੀ ਹੈ? ਤੁਹਾਡੀ ਵਾਈਫ ਤੁਹਾਡੇ ਜ਼ਿਆਦਾ ਚਾਹੁੰਦੇ ਸੀਗੇ ਕਿ ਤੁਸੀਂ ਸਿਆਸਤ 'ਚ ਐਂਟਰੀ ਕਰੋ? ਮਤਲਬ ਇਹ ਤਾਂ ਨਹੀਂ ਹੈਗਾ ਵੀ ਤੁਹਾਡਾ ਦੋਸਤ ਸੀਐਮ ਬਣ ਗਿਆ ਵੀ ਤੁਸੀਂ ਵੀ, ਪਰ ਉਹਨਾਂ ਨੂੰ ਐਂ ਸੀਗਾ ਕਿ ਤੁਸੀਂ ਵੀ ਸਿਆਸਤ ਦੇ ਵਿੱਚ ਆਓ, ਅਤੇ ਮੈਂ ਕਿਹਾ ਵੀ ਦੇਖ ਲੈਂਦਾ ਕੋਈ ਨਹੀਂ ਇੱਧਰ ਵੀ ਜਿਵੇਂ ਉੱਧਰ ਲੋਕਾਂ ਦਾ ਪਿਆਰ। ਵਾਈਫ ਦੀ ਸਿੱਧਾ ਮਾਨ ਸਾਹਿਬ ਨੂੰ ਗਈ ਸੀ ਜਾਂ ਕਿਵੇਂ ਸੀ? ਨਹੀਂ ਨਹੀਂ ਨਹੀਂ, ਉਹ ਤਾਂ ਮੈਨੂੰ ਮਾਨ ਸਾਹਿਬ ਦਾ ਹੀ
ਫੋਨ ਆਇਆ ਸੀਗਾ, ਉਧਰ ਏਦਾਂ ਦੀ ਕੋਈ ਗੱਲ ਨਹੀਂ ਹੋਈ ਉਹਨਾਂ ਨਾਲ। ਸੋ ਉਹਨਾਂ ਨੂੰ ਹੈ ਥੋੜਾ ਜਿਹਾ ਵਾਈਫ ਨੂੰ ਕਿ ਪੋਲਿਟਿਕਸ ਦੇ ਵਿੱਚ ਵੀ ਕੁਛ ਲੋਕਾਂ ਦੀ ਸੇਵਾ ਲਈ ਕੁਛ। ਇੱਕ ਪੰਜਾਬ ਦੇ ਲੋਕ ਨਾ ਗੁਰਦਾਸਪੁਰ ਤੋਂ ਬੜੇ ਪਰੇਸ਼ਾਨ ਹੈ, ਕਹਿੰਦੇ ਕਿ ਸੰਨੀ ਦਿਓਲ ਜਿਹਨੂੰ ਨਲਕਾ ਪੱਟਣ ਦੇ ਲਈ ਜਾਣਿਆ ਜਾਂਦਾ ਸੀਗਾ ਉਹਨੂੰ ਅਸੀਂ ਜਿਤਾ ਦਿੱਤਾ, ਤਾਂ ਫਿਲਮ ਦੇ ਜਿਹੜੇ ਐਕਟਰ ਹੁੰਦੇ ਆ ਨਾ ਕਹਿੰਦੇ ਕਿ ਉਹਨਾਂ 'ਚ ਈਗੋ ਹੁੰਦੀ ਹੈ, ਉਹ ਮਿਲਦੇ ਨਹੀਂ, ਸੰਨੀ ਦਿਓਲ ਅਸੀਂ ਅਜਮਾ ਲਿਆ। ਕਹਿੰਦੇ ਕਰਮਜੀਤ ਅਨਮੋਲ ਤਾਂ ਨਹੀਂ ਇੱਦਾਂ ਕਰੇਗਾ। ਦੇਖੋ ਜੀ, ਮੇਰੇ ਬਾਰੇ ਲੋਕਾਂ ਨੂੰ ਪਤਾ ਮੈਂ ਕਿਹੋ ਜਿਹਾ, ਮੈਨੂੰ 20-25 ਸਾਲ ਪਿੰਡ 'ਚੋਂ ਨਿਕਲਣ ਨੂੰ ਹੋ ਗਿਆ, ਪਰ ਪਿੰਡ ਮੇਰੇ 'ਚੋਂ ਨਹੀਂ ਨਿਕਲਿਆ ਅਜੇ ਤੱਕ, ਕਿਉਂਕਿ ਮੈਂ ਪਿੰਡ ਨਾਲ ਉਵੇਂ ਜੁੜਿਆ ਹੋਇਆ। ਹਰ ਇੱਕ ਸੋਸ਼ਲ ਕੰਮ ਕਾਰ ਦੇ ਵਿੱਚ ਜਾਂ ਪਿੰਡ ਦੇ ਵਿੱਚ ਪਿੰਡ ਨੂੰ ਸੋਹਣਾ ਬਣਾਉਣਾ, ਦਰਖਤ ਲਾਉਣੇ, ਹੋਰ ਜੇ ਵੋ, ਹਰ ਇੱਕ ਸਾਂਝੇ ਕੰਮ ਦੇ ਵਿੱਚ ਮੈਂ ਪਹਿਲੀ ਕਲਾਸ ਤੋਂ ਲੈ ਕੇ ਅੱਜ ਤੱਕ ਉਵੇਂ ਜੁੜਿਆ ਹੋਇਆ, ਅਤੇ ਉਹ ਪਹਿਲੀ ਕਲਾਸ ਦੇ ਮਿੱਤਰ ਵੀ ਮੇਰੇ ਨਾਲ ਉਵੇਂ ਜੁੜੇ ਹੋਏ ਨੇ। ਮੈਨੂੰ ਮੋਹ ਹੈ ਕਿਉਂਕਿ ਮੈਂ ਇਹਨਾਂ ਲੋਕਾਂ 'ਚ ਹੋਇਆ, ਮੈਂ ਸੋਨੇ ਦਾ ਚਮਚ ਲੈ ਕੇ ਨਹੀਂ ਜੰਮਿਆ, ਕਿਉਂਕਿ ਮੈਂ ਇੱਕ ਬਹੁਤ ਗਰੀਬ ਪਰਿਵਾਰ 'ਚੋਂ ਆਇਆ, ਆਪਣੀ ਮਿਹਨਤ ਦੇ ਨਾਲ ਇੱਥੇ ਤੱਕ ਪਹੁੰਚਿਆ, ਨਾਮ ਬਣਾਇਆ ਜਾਂ ਕੁਛ ਨਾਮਾਂ ਜਾਂ ਨਾਮ। ਸੰਨੀ ਦਿਓਲ ਨਾਲ ਕੰਪੈਰੀਜ਼ਨ ਕਰਨ ਲੱਗ ਪੈਂਦੇ ਫਿਲਮ ਇੰਡਸਟਰੀ ਨਹੀਂ, ਉਹ ਵੱਡੇ ਲੋਕ ਨੇ ਜੀ, ਉਹਨਾਂ ਨਾਲ ਨਹੀਂ, ਅਸੀਂ ਤਾਂ ਬਹੁਤ ਨੀਵੇਂ ਪੱਧਰ ਤੋਂ ਉੱਠੇ ਹੋਏ ਹਾਂ, ਸਾਨੂੰ ਉਹ ਲੋਕਾਂ ਦੀਆਂ ਸਮੱਸਿਆਵਾਂ ਪਤਾ ਹੀ ਆ। ਉਹਨਾਂ ਨੂੰ ਤਾਂ ਪਤਾ ਹੀ ਨਹੀਂ ਹੈਗਾ ਕਿ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਕੀ ਹੁੰਦੀਆਂ, ਆਮ ਮਜ਼ਦੂਰ ਦੀ ਕੀ ਸਮੱਸਿਆ, ਕਿਸਾਨ ਦੀ ਕੀ ਸਮੱਸਿਆ, ਅਸੀਂ ਤਾਂ ਉਹਨਾਂ ਪਰਿਵਾਰਾਂ 'ਚ ਆਏ ਜੀ। ਬਾਬਾ ਫਰੀਦ ਦੀ ਧਰਤੀ ਤੁਸੀਂ ਗਏ ਹੋ, ਐਂਟਰੀ ਤੁਹਾਡੀ ਹੋ ਗਈ, ਕੀ ਫਰੀਦਕੋਟ ਲਈ ਤੁਸੀਂ ਕਰੋਗੇ? ਕਿਉਂਕਿ ਪੰਜਾਬ ਦੀ ਸਿਆਸਤ ਦੇ ਵਿੱਚ ਫਰੀਦਕੋਟ ਦਾ ਨਾਮ ਬਹੁਤ ਆਉਂਦਾ, ਕਈ ਸਾਰੇ ਸੀਐਮ ਦਿੱਤੇ, ਸਪੀਕਰ ਸਾਹਿਬ ਉੱਥੋਂ ਨੇ, ਲੇਕਿਨ ਫਰੀਦਕੋਟ ਕਹਿੰਦੇ ਥੋੜ੍ਹਾ ਪਿੱਛੇ ਰਹਿ ਜਾਂਦਾ। ਦੇਖੋ ਜੀ, ਪੂਰੀ ਕੋਸ਼ਿਸ਼ ਕਰਾਂਗੇ ਕਿ, ਵੈਸੇ ਤਾਂ ਸਰਕਾਰ ਪਹਿਲਾਂ ਹੀ ਕਰ ਰਹੀ ਹੈ, ਬਹੁਤ ਕੁਛ ਕਰ ਰਹੀ ਹੈ, ਬਾਕੀ ਜਿਹੜੇ ਕਾਫੀ ਪੰਜਾਬ ਦੇ ਮੁੱਦੇ ਨੇ, ਔਰ ਮੈਂ ਪੂਰੀ ਤਨਦੇਹੀ ਨਾਲ ਦਿਨ ਰਾਤ ਇੱਕ ਕਰੂੰਗਾ ਫਰੀਦਕੋਟ ਦੇ ਲਈ ਔਰ ਪੂਰੇ ਪੰਜਾਬ ਦੇ ਲਈ। ਮਾਨ ਸਾਹਿਬ ਦੇ ਇੰਡਸਟਰੀ ਦੇ ਵਿੱਚ ਉਸਤਾਦ ਦੀ ਤਰ੍ਹਾਂ ਮੁਹੰਮਦ ਸਦੀਕ ਨੂੰ ਮੰਨਿਆ ਜਾਂਦਾ, ਤੁਹਾਡੇ ਵੀ ਉਸਤਾਦ ਦੀ ਤਰ੍ਹਾਂ ਵਾ, ਜੇ ਕਾਂਗਰਸ ਉਸੇ ਉਸਤਾਦ ਨੂੰ ਟਿਕਟ ਦੇ ਦਿੰਦੀ ਫਿਰ ਉਸਤਾਦ ਚੇਲਾ ਕਿਵੇਂ ਜਿਹੜੇ ਉਹ ਕਰਨਗੇ? ਦੇਖੋ ਜੀ, ਮੈਂ ਉਹਨਾਂ ਦੀ ਬਹੁਤ ਰਿਸਪੈਕਟ ਕਰਦਾ, ਬਹੁਤ ਸੁਲਝੇ ਹੋਏ ਇਨਸਾਨ ਨੇ ਉਹ, ਔਰ ਸਾਡੇ ਵੱਡੇ ਨੇ, ਔਰ ਪੋਲੀਟੀਕਲੀ ਜੋ ਮਰਜ਼ੀ ਵਿਚਾਰਾਂ ਦੀ ਲੜਾਈ ਹੁੰਦੀ ਹੈ ਜੀ, ਕੋਈ ਰਿਸਪੈਕਟ ਥੋੜ੍ਹਾ ਘੱਟ ਜਾਂਦੀ ਹੈ ਨਾ, ਉਹਨਾਂ ਦੀ ਰਿਸਪੈਕਟ ਉਵੇਂ ਰਹੂਗੀ, ਉਹਨਾਂ ਨੇ ਆਪਣਾ ਕੰਮ ਕਰਨਾ, ਮੈਂ ਆਪਣਾ ਕੰਮ। ਜਦੋਂ ਮੁਹੰਮਦ ਸਦੀਕ ਤੇ ਜੇਕਰ ਟਿਕਟ ਮਿਲ ਜਾਂਦੀ ਹੈ, ਕਰਮਜੀਤ ਅਨਮੋਲ ਦੀ ਇੱਕੋ ਥਾਂ ਤੇ ਰੈਲੀ ਆਮੋ ਸਾਹਮਣੇ ਹੋ ਜਾਂਦੀ ਹੈ, ਫਿਰ ਪੈਰੀ ਹੱਥ ਲਾ ਕੇ ਆਸ਼ੀਰਵਾਦ ਲਓਗੇ, ਕਹੋਗੇ ਕਿ ਆਸ਼ੀਰਵਾਦ ਦੇ ਕੇ ਅੱਗੇ ਭੇਜੋ ਜਿਵੇਂ ਤੁਸੀਂ ਇੰਡਸਟਰੀ 'ਚ ਭੇਜਿਆ, ਜਾਂ ਫਿਰ ਆਮੋ ਸਾਹਮਣੇ ਤੂੰ ਤੂੰ ਮੈਂ ਜਿਹੜੀ ਸਿਆਸਤ 'ਚ ਅਸੀਂ ਬਿੱਲੀਆਂ ਦੀ ਲੜਾਈ ਦੇਖਦੇ ਹਾਂ ਉਹ ਦੇਖਣ ਨੂੰ ਮਿਲੇਗੀ? ਦੇਖੋ ਜੀ, ਤੂੰ ਤੂੰ ਮੈਂ ਜੋ ਮੈਂ ਮਰਜ਼ੀ ਹੋ ਜਾਏ, ਪਰ ਮੇਰੇ ਜਿਹੜਾ ਬੰਦਾ ਮੈਥੋਂ ਉਮਰ 'ਚ ਵੱਡਾ, ਤਜਰਬੇ 'ਚ ਵੱਡਾ, ਮੈਨੂੰ ਉਹਨਾਂ ਦੇ ਪੈਰੀ ਹੱਥ ਲਾਉਣ ਦਾ ਕੋਈ ਸੰਕੋਚ ਨਹੀਂ, ਮੈਂ ਉਹਨਾਂ ਤੋਂ ਆਸ਼ੀਰਵਾਦ ਲਾਉਂਗਾ ਜੀ। ਕਿਉਂਕਿ ਬਹੁਤ ਸਾਰੇ ਘੱਟ ਲੋਕਾਂ ਨੂੰ ਪਤਾ ਹੋਣਾ ਕਿ ਤੁਸੀਂ ਮਾਨਕ ਸਾਹਿਬ ਦੇ ਭਾਂਜੇ ਹੋ, ਔਰ ਕਿਸ ਤਰੀਕੇ ਦੇ ਨਾਲ ਦੇਖਦੇ ਹੋ, ਕਿਉਂਕਿ ਇੰਡਸਟਰੀ 'ਚ ਤੁਸੀਂ ਕਦੀ ਸ਼ੋ ਆਫ ਨਹੀਂ ਕੀਤਾ ਕਿ ਮੈਂ ਮਾਨਕ ਹੋਰਾਂ ਦਾ ਭਾਂਜਾ? ਮੈਂ ਇਸ ਕਰਕੇ ਨਹੀਂ ਕੀਤਾ ਸੀ ਕਿਉਂਕਿ ਖੂਹ ਦੀ ਮਿੱਟੀ ਖੂਹ ਨੂੰ ਲੱਗ ਜਾਂਦੀ ਹੈ ਜੀ, ਜਦੋਂ ਕੋਈ ਬੋਰਡ ਹੋਵੇ ਨਾ, ਬੋਰਡ ਥੱਲੇ ਕੋਈ ਦਰਖਤ ਵੱਡਾ ਨਹੀਂ ਹੁੰਦਾ, ਕਿਉਂਕਿ ਲੋਕ ਉਹਨਾਂ ਨਾਲ ਕੰਪੇਅਰ ਕਰਨ ਲੱਗ ਜਾਂਦੇ ਆ। ਜੇ ਤੁਸੀਂ ਵਧੀਆ ਕਰ ਰਹੇ ਹੋ ਤਾਂ ਕਹਿਣਾ ਵੀ ਆਏ ਤਾਂ ਵਧੀਆ ਕਰਨਾ ਹੀ ਸੀ, ਜੇ ਤੁਸੀਂ ਘਟਿਆ ਕਰਦੇ ਤਾਂ ਉਸ ਨਾਂ ਨੂੰ ਵੀ ਤੁਸੀਂ ਦਾਗ ਲਾਉਂਦੇ ਹੋ ਹਨਾ। ਇਸ ਲਈ ਮੈਨੂੰ ਆਇਆ ਸੀ ਮੈਂ ਆਪਣੇ ਮਿਹਨਤ ਦੇ ਸਦਕਾ ਹੀ ਲੋਕਾਂ ਦੇ ਵਿੱਚ ਆਵਾਂ। ਦੂਸਰਾ ਵੀ ਇਹ ਕਿ ਜਦੋਂ 90 ਦੇ ਦਹਾਕੇ ਤੁਸੀਂ ਮਾਨ ਸਾਹਿਬ ਨਾਲ ਸ਼ੋਅ ਕਰਦੇ ਸੀ, ਕਦੀ ਸੋਚਿਆ ਸੀ ਜਾਂ ਕਦੀ ਉਦੋਂ ਗੱਲਬਾਤ ਤੁਹਾਡੀ ਦੋਹਾਂ ਦੀ ਆਪਸ 'ਚ ਹੁੰਦੀ ਸੀਗੀ ਕਿ ਵਿਅੰਗ ਤਾਂ ਬਹੁਤ ਕੱਸੀਦੇ ਆ, ਤੰਜ ਤਾਂ ਬਹੁਤ ਸਾਰੇ ਮਾਰੀਦੇ ਆ, ਕਦੀ ਅਸੀਂ ਵੀ ਸਿਆਸਤ 'ਚ ਆਵਾਂਗੇ, ਜਾਂ ਤੁਹਾਡਾ ਉਦੋਂ ਕਦੀ ਕਦੀ ਕਿਸੇ ਨੇ ਕਿਹਾ ਸੀਗਾ ਕਿ ਸਿਆਸਤ 'ਚ ਜਾ ਜਾਂ ਕੁਛ? ਦੇਖੋ ਜੀ, ਮੈਂ ਆਪਣੇ ਬਾਰੇ ਤਾਂ ਨਹੀਂ, ਮਾਨ ਸਾਹਿਬ ਬਾਰੇ ਮੈਂ ਦੋ ਗੱਲਾਂ ਕਹੀਆਂ ਸੀ, ਉਹ ਪੂਰੀਆਂ ਹੋਈਆਂ। ਮਾਨ ਸਾਹਿਬ ਜਦੋਂ ਅਸੀਂ ਬੱਸ ਅੱਡੇ ਤੋਂ ਬੱਸ 'ਚ ਉਤਰ ਕੇ ਇਕੱਠੇ ਤੁਰੇ ਜਾਂਦੇ ਹੁੰਦੇ ਸੀਗੇ, ਅਤੇ ਮਾਨ ਸਾਹਿਬ ਹਸਾਉਂਦੇ ਹੀ ਜਾਂਦੇ ਸੀਗੇ ਐਂਡ ਤੱਕ, ਜਿੰਨਾ ਚਿਰ ਕਾਲਜ ਨਹੀਂ ਪਹੁੰਚਦਾ ਸੀ, ਅਤੇ ਉਹਨਾਂ ਦਾ ਅੱਜ ਤੱਕ ਵੀ ਇਹੀ ਹੈ, ਜਿੰਨਾ ਚਿਰ ਜਾਗਦੇ ਨੇ ਉਹ ਬੋਲਣ ਨੂੰ ਨਹੀਂ ਹਟਦੇ, ਹਸਾਉਣ ਨੂੰ ਨਹੀਂ ਹਟਦੇ। ਸੋ ਮੈਂ ਉਹਨਾਂ ਨੂੰ ਕਿਹਾ ਸੀ ਵੀ ਜਿਸ ਦਿਨ ਇਸ ਲਾਈਨ 'ਚ ਆ ਗਏ, ਜਿਹੜੀ ਕਲਾਕਾਰੀ ਲਾਈਨ ਆ, ਕੌਮੇਡੀ ਲਾਈਨ 'ਚ, ਤਾਂ ਹੋਰ ਕੋਈ ਵੀ
ਤੁਹਾਡੇ ਮੁਕਾਬਲੇ ਨਹੀਂ ਹੋਣਾ, ਅਤੇ ਉਹ ਵੀ ਹੋਇਆ ਜੀ। ਫਿਰ ਜਦੋਂ ਇਹਨਾਂ ਦੀਆਂ ਗੱਲਾਂ ਬਾਤਾਂ ਸੁਣਦੇ ਸੀ, ਬਹੁਤ ਪਲੱਸ ਵਨ ਪਲੱਸ ਟੂ ਦੇ ਵਿੱਚ ਹੀ ਬੜੇ ਗੰਭੀਰ ਗੱਲਾਂ 'ਤੇ ਮਤਲਬ ਬਹਿਸ ਹੁੰਦੀ ਸੀਗੀ, ਅਤੇ ਮੈਂ ਇਹਨਾਂ ਨੂੰ ਇਹ ਵੀ ਕਿਹਾ ਸੀ ਵੀ ਭਗਵੰਤ ਬਹੁਤ ਵੱਡਾ ਲੀਡਰ ਬਣੇਗਾ ਇੱਕ ਦਿਨ, ਅਤੇ ਉਹ ਵੀ ਬਣਿਆ ਜੀ। ਅਤੇ ਮੇਰਾ ਆਪਣਾ ਨਹੀਂ ਸੀਗਾ ਪਤਾ, ਮੈਨੂੰ ਤਾਂ ਬਿਲਕੁਲ ਹੀ ਨਹੀਂ ਸੀਗਾ ਕਿ ਮੈਂ ਇਸ ਲਾਈਨ 'ਚ ਆਉਣਾ ਜਾਂ ਨਹੀਂ, ਇਹ ਤਾਂ ਮਾਨ ਸਾਹਿਬ ਕਰਕੇ ਇੱਧਰ ਆਏ। ਸਿਆਸਤ 'ਚ ਤੁਸੀਂ ਆਪਣਾ ਆਈਡਲ ਕਿਹਨੂੰ ਮੰਨਦੇ ਹੋ? ਕਿਉਂਕਿ ਬਹੁਤ ਸਾਰੇ ਵੱਡੇ ਵੱਡੇ ਪੰਜਾਬ 'ਚ ਨਹੀਂ, ਦੇਸ਼ ਭਰ 'ਚ ਕੋਈ ਨਾ ਕੋਈ ਆਈਡਲ ਮੰਨਿਆ ਜਾਂਦਾ ਹੈ ਕਿ ਇਹਦੇ ਵਰਗਾ ਬਣਨਾ, ਤੁਹਾਡਾ ਕੋਈ ਆਈਡਲ ਹੈ? ਦੇਖੋ ਜੀ, ਮੈਂ ਹੋਰ ਕੋਈ ਪਹਿਲਾਂ ਇੰਨਾ ਇੰਟਰਸਟ ਹੀ ਨਹੀਂ ਹੁੰਦਾ ਸੀ, ਜਦੋਂ ਦੇ ਮਾਨ ਸਾਹਿਬ ਆਏ ਨੇ ਉਹਨਾਂ ਨੂੰ ਹੀ ਦੇਖਿਆ, ਇਹੀ ਹੈ ਵੀ ਜਿਵੇਂ ਉਹਨਾਂ ਨੇ ਮੁੱਦੇ ਉਠਾਏ ਨੇ ਉਵੇਂ ਬਣਾਏ। ਦੂਸਰਾ ਵੀ ਇਹ ਕਿ ਤੁਸੀਂ ਕਿਉਂਕਿ ਗੀਤ ਵੀ ਗਾਉਂਦੇ ਹੋ, ਕੋਈ ਸਿਆਸਤ 'ਤੇ ਕੋਈ ਗੀਤ ਲਿਖਿਆ ਤੁਸੀਂ ਜਾਂ ਕੋਈ ਸੁਣਾਉਣਾ ਚਾਹੋਗੇ ਜਾਂ ਆਪਣੇ ਅੰਦਾਜ਼ ਦੇ ਵਿੱਚ ਕੁਝ ਕਹਿਣਾ ਚਾਹੋਗੇ? ਨਹੀਂ ਜੀ, ਮੈਂ ਸਿਆਸਤ 'ਤੇ ਕੋਈ ਅਜੇ ਗੀਤ ਲਿਖਿਆ ਨਹੀਂ, ਮੈਂ ਲਿਖਦਾ ਨਹੀਂ, ਮੈਂ ਗਾਉਣਾ, ਜੇ ਕੋਈ ਲਿਖ ਕੇ ਵਧੀਆ ਦੇਊਗਾ ਤਾਂ ਗਾਊਂਗਾ ਜੀ। ਅਤੇ ਬਾਕੀ ਜਿਹੜਾ ਮੈਂ ਕਾਲਜ ਟਾਈਮ ਤੋਂ ਅਸੀਂ ਇਕੱਠੇ ਗਾਉਂਦੇ ਸੀ ਕੰਮੀਆਂ ਦਾ ਬੇੜਾ, ਅਸੀਂ ਗਾਉਂਦੇ ਰਹਿੰਦੇ ਹਾਂ ਜੀ। ਇੱਕ ਮਾਨ ਸਾਹਿਬ ਅਕਸਰ ਤੁਹਾਡੇ ਕੋਲ ਸੁਣਦੇ ਨੇ ਟੇਸ਼ਨ 'ਤੇ, ਟੇਸ਼ਨ ਵਾਲਾ ਗਾਣਾ ਉਹਨਾਂ ਨੇ ਲੋਹੜੀ 'ਤੇ ਵੀ ਤੁਹਾਡੇ ਕੋਲ ਸੁਣਿਆ ਸੀਗਾ, ਦੋ ਲਾਈਨਾਂ ਅਗਰ ਤੁਸੀਂ ਸੁਣਾ ਸਕਦੇ। ਬੂਰ ਪਿਆਂਬੀਆਂ ਨੂੰ ਮਾਏ ਵਿੱਚ ਖੇਤੀ ਕਣਕਾਂ ਪੱਕੀਆਂ, ਅੱਗ ਦੇ ਪਾਂਬੜ ਵਰਗੀਆਂ ਧੀਆਂ, ਨੀ ਤੂੰ ਸਾਂਭ ਬੁੱਕਲ ਵਿੱਚ ਰੱਖੀਆਂ, ਗਿਣਵੇਂ ਦਿਨਾਂ ਦੀਆਂ ਸਾਂਝਾਂ ਵੇ ਬਾਬਲ ਅਸੀਂ ਸਿਦਕਾਂ ਨਾਲ ਨਿਭਾਈਆਂ, ਕੂੰਜਾਂ ਵਾਂਗ ਪਰਾਉਣੀਆਂ ਧੀਆਂ ਵੇ ਤੇਰੇ ਵਿਹੜੇ ਦੋ ਦਿਨ ਆਈਆਂ। ਮੈਂ ਚਾਦਰ ਕੱਢਦੀ ਨੀ ਗਿਣ ਤੋਂ ਪੇ ਪਾਵਾਂ, ਜਾਮਣ ਦੀ ਛਾਂ ਹੇਠਾਂ ਨੀ ਮੈਂ ਪੀੜਾ ਡਾਵਾਂ, ਚਿੜੀਆਂ ਦੀ ਚੀ ਚੀ ਨੀ ਤੋਤਿਆਂ ਦੀ ਟੁੱਕਣੀ, ਦਿਲ ਫੜ ਕੇ ਸੋਚਾਂ ਨੀ ਨਾਲੇ ਸ਼ਰਮਾਵਾਂ, ਦਿਲ ਫੜ ਕੇ ਸੋਚਾਂ ਨੀ ਨਾਲੇ ਸ਼ਰਮਾਵਾਂ। ਇੱਕ ਵਿਰੋਧੀ ਇਸ ਗੱਲ ਨੂੰ ਵੀ ਕਹਿਣਗੇ ਤੁਹਾਨੂੰ ਆਉਣ ਵਾਲੇ ਸਮੇਂ 'ਚ ਕਿ ਤੁਸੀਂ ਤਾਂ ਫਿਲਮ ਇੰਡਸਟਰੀ 'ਚ ਜੁੜੇ ਹੋ, ਤੁਹਾਡੇ ਕਈ ਸਾਰੇ ਪ੍ਰੋਜੈਕਟ ਨੇ, ਤੁਸੀਂ ਉਹਨਾਂ ਪ੍ਰੋਜੈਕਟ ਦੇ ਵਿੱਚ ਲੱਗ ਜਾਓਗੇ, ਸਮਾਂ ਨਹੀਂ ਲੋਕਾਂ ਨੂੰ ਦੇ ਪਾਓਗੇ, ਇਸ ਤਰੀਕੇ ਦੇ ਵੀ ਤੁਹਾਡੇ ਤੇ ਸਵਾਲ ਉੱਠਣੇ। ਵੈਸੇ ਕਿੰਨੇ ਕੁ ਪ੍ਰੋਜੈਕਟ ਤੁਹਾਡੇ ਇਸ ਵੇਲੇ ਚੱਲ ਰਹੇ ਨੇ, ਕਿੰਨੇ ਕੁ ਪ੍ਰੋਜੈਕਟ ਆਉਣ ਵਾਲੇ ਨੇ, ਔਰ ਉਹਨਾਂ ਨੂੰ ਤੇ ਸਿਆਸਤ ਨੂੰ ਤੇ ਫਰੀਦਕੋਟ ਨੂੰ ਕਿਵੇਂ ਬੈਲੈਂਸ ਕਰੋਗੇ? ਦੇਖੋ ਜੀ, ਕੋਈ ਵੀ ਹਰ ਇੱਕ ਬੰਦਾ ਜਿਹੜਾ ਕੋਈ ਪੋਲੀਟੀਸ਼ੀਅਨ ਹੀ ਨਹੀਂ ਹੁੰਦਾ, ਪੋਲੀਟੀਸ਼ੀਅਨ ਹੀ ਨਹੀਂ ਹੁੰਦਾ, ਉਹਦਾ ਕੋਈ ਬਿਜ਼ਨਸ ਵੀ ਹੁੰਦਾ, ਕਿ ਕੋਈ ਖੇਤੀ ਕਰਦਾ, ਕੋਈ ਕਿਸੇ ਦੀ ਫੈਕਟਰੀ ਹੈ। ਹੁਣ ਜੇ ਕੋਈ ਜਾ ਕੇ ਨੇਤਾ ਬਣ ਗਿਆ, ਉਹ ਆਪਣੀ ਫੈਕਟਰੀ ਥੋੜ੍ਹਾ ਬੰਦ ਕਰ ਦੂਗਾ, ਜਾਂ ਕੋਈ ਖੇਤੀ ਕਰਦਾ ਉਹ ਖੇਤੀ ਥੋੜ੍ਹਾ ਬੰਦ ਕਰ ਦੂਗਾ। ਇਹ ਵੀ ਮੇਰੀ ਖੇਤੀ ਹੈ, ਮੈਂ ਕਿਹੜਾ ਲੋਕਾਂ ਨੂੰ ਲੁੱਟਣਾ, ਮੈਂ ਤਾਂ ਆਪਦੀ ਮਿਹਨਤ ਦਾ ਖਾਣਾ, ਉਹ ਮਿਹਨਤ ਮੈਂ ਕਰਦਾ ਰਹੂੰਗਾ, ਇੱਧਰ ਤਾਂ ਲੋਕਾਂ ਦੀ ਸੇਵਾ ਲਈ ਹੈ। ਬੈਲੈਂਸ ਕਿਵੇਂ ਹੋਏਗਾ ਜਿਹੜੇ ਕਹਿਣਗੇ ਕਿ ਸਮਾਂ ਨਹੀਂ ਦੇ ਪਾਣਗੇ? ਕਿਉਂ ਨਹੀਂ, ਉਹ ਤਾਂ ਬਾਅਦ 'ਚੋਂ ਪਤਾ ਲੱਗੂਗਾ ਨਾ ਜੀ, ਮੈਂ ਸਮਾਂ ਦਿੰਦਾ ਜਾਂ ਨਹੀਂ ਦਿੰਦਾ, ਮੈਂ ਦੋਨਾਂ ਪਾਸੇ ਬੈਲੈਂਸ ਬਣਾ ਕੇ ਚੱਲਾਂਗਾ। ਮਨਜੀਤ, ਪਹਿਲਾਂ ਤੁਸੀਂ ਆਪਣੇ ਇੱਕ ਦੋਸਤ ਨੂੰ ਸੀਐਮ ਬਣਾ ਦਿੱਤਾ, ਦੂਸਰੇ ਦੋਸਤ ਨੂੰ ਹੁਣ ਤੁਸੀਂ ਮੈਂਬਰ ਪਾਰਲੀਮੈਂਟ ਦੀ ਤਿਆਰੀ ਕਰਾਓਗੇ, ਕਹਿੰਦੇ ਜਿਹੜੇ ਪਿੱਛੇ ਚਨੱਕਿਆ ਜਿਹੜਾ ਨਾ ਉਹ ਮਨਜੀਤ ਨੂੰ ਦੇਖਿਆ ਜਾਂਦਾ? ਨਹੀਂ, ਮੈਂ ਦੋਨੇ ਹੀ ਬੜੇ ਕਾਬਲ ਨੇ, ਮਾਨ ਸਾਹਿਬ ਬਾਰੇ ਸਾਰਾ ਪੰਜਾਬ ਹੀ ਜਾਣਦਾ, ਅਤੇ ਮੈਂ ਨਹੀਂ ਬਣਾਇਆ, ਨਾ ਇਹ ਖੁਦ ਬਣੇ ਨੇ, ਲੋਕਾਂ ਨੇ ਬਣਾਇਆ, ਪਹਿਲਾਂ ਉਹਨਾਂ ਨੂੰ ਬਣਾਇਆ, ਦੋ ਵਾਰ ਐਮ ਪੀ ਬਣਾਇਆ, ਅਤੇ ਉਹਨਾਂ ਨੇ ਜੋ ਪਾਰਲੀਮੈਂਟ 'ਚ ਮੁੱਦੇ ਉਠਾਏ ਪੰਜਾਬ ਦੇ, ਪੰਜਾਬ ਦੇ ਲੋਕਾਂ ਨੇ ਉਸ ਪਰਫੋਰਮੈਂਸ 'ਤੇ ਬੇਸ 'ਤੇ ਉਹਨਾਂ 'ਤੇ ਉਹਨਾਂ ਨੂੰ ਪੰਜਾਬ ਦਾ ਸੀ ਐਮ ਬਣਾਇਆ, ਅਤੇ ਉਸੇ ਤਰ੍ਹਾਂ ਪਾਰਟੀ ਨੇ, ਮਾਨ ਸਾਹਿਬ ਨੇ, ਕੇਜਰੀਵਾਲ ਸਾਹਿਬ ਨੇ ਕਰਮਜੀਤ 'ਤੇ ਭਰੋਸਾ ਕੀਤਾ,
ਕਰਮਜੀਤ ਤੇ ਸਾਨੂੰ ਸਾਰਿਆਂ ਨੂੰ ਭਰੋਸਾ ਕਿ ਇਹ ਵੀ ਉਹੀ ਜਿਹੜਾ ਹੈਗਾ ਪੰਜਾਬ ਨੂੰ ਪਾਰਲੀਮੈਂਟ ਚ ਕਿੱਦਾਂ ਪੇਸ਼ ਕਰਨਾ, ਕਿਸ ਜ਼ੋਰ ਸ਼ੋਰ ਨਾਲ ਪੇਸ਼ ਕਰਨਾ। ਕੱਲਾ ਇਹ ਨਹੀਂ, ਸਾਡੇ ਆਮ ਆਦਮੀ ਪਾਰਟੀ ਦੇ ਸਾਰੇ ਜਿਹੜੇ ਬਾਕੀ ਵੀ ਜਿੱਤ ਕੇ ਜਾਣਗੇ MP, ਉਹ ਸਾਰੇ ਬੜੇ ਧੜੱਲੇ ਨਾਲ ਪੇਸ਼ ਕਰਨਗੇ ਤੇ ਸਾਰੇ ਮੁੱਦਿਆਂ ਤੋਂ, ਗਰਾਊਂਡ ਤੋਂ, ਜ਼ਮੀਨ ਤੋਂ ਜੁੜੇ ਹੋਏ ਆਮ ਆਦਮੀ ਨੇ। ਲੇਕਿਨ ਜਿਹੜਾ ਕਿਹਾ ਜਾਂਦਾ ਨਾ ਕਿ ਵਿਰੋਧੀਆਂ ਨੂੰ ਕਿਵੇਂ ਉਸ ਚੱਕਰਵਿਊ ਚੋਂ ਬਾਹਰ ਨਿਕਲਣਾ, ਉਹ ਕਹਿੰਦਾ ਕਿ ਉਹ ਸਾਰੇ ਤੀਰ ਤੁਹਾਡੇ ਕੋਲ ਪਏ ਹੋਏ, ਕਿਵੇਂ ਕੈਂਪੇਨ ਕਰਨੀ ਹੈ, ਕਿਵੇਂ ਜਵਾਬ ਦੇਣੇ ਹੈ, ਉਹ ਸਾਰੇ ਡੈਰੀਜ਼ ਤੁਸੀਂ ਨੋਟ ਕੀਤੇ ਹੁੰਦੇ? ਨਹੀਂ, ਏਦਾਂ ਦੀ ਕੋਈ ਇਹ ਕੋਈ ਇੱਕ ਬੰਦੇ ਦੀ ਉਹ ਨਹੀਂ ਹੁੰਦੀ, ਇਹ ਟੀਮ ਦਾ ਸਾਰਾ ਟੀਮ ਵਰਕ ਹੁੰਦਾ। ਅਸੀਂ ਪਿੱਛੇ ਟੀਮ ਵਾਲੇ ਹਾਂ, ਜੋ ਡਿਊਟੀ ਪਾਰਟੀ ਜੋ ਡਿਊਟੀ ਜਾਂ ਸਮਾਂ ਮੰਗ ਕਰਦਾ ਉਹ ਅਸੀਂ ਨਿਭਾਉਣ ਦੀ ਕੋਸ਼ਿਸ਼ ਕਰਦੇ ਹਾਂ ਜੀ ਹਮੇਸ਼ਾ। ਭਗਵੰਤ ਮਾਨ ਔਰ ਕਰਮਜੀਤ ਅਨਮੋਲ ਚ ਦੋਵਾਂ ਚ ਕੀ ਤੁਹਾਨੂੰ ਇਕੁਐਲਿਟੀ ਨਜ਼ਰ ਆਉਂਦੀ ਹੈ ਔਰ ਕੀ ਵੱਖਰਾਪਨ ਜਿਹੜਾ ਉਹ ਨਜ਼ਰ ਆਉਂਦਾ? ਦੇਖੋ, ਦੋਨੇ ਪਹਿਲਾਂ ਤਾਂ ਬਿਲਕੁਲ ਜੜਾਂ ਚੋਂ, ਬਹੁਤ ਕੋਈ ਇਹ ਨਹੀਂ ਸੀ। ਕਰਮਜੀਤ ਤਾਂ ਇਹ ਸੀ ਕਿ ਹੋਰ ਵੀ ਜ਼ਿਆਦਾ ਗਰੀਬੀ ਚੋਂ ਉੱਠਿਆ ਹੋਇਆ ਸੀ, ਮਾਨ ਸਾਹਿਬ ਵੀ ਇੱਕ ਆਮ ਪਰਿਵਾਰ ਚੋਂ ਉੱਠੇ ਹੋਏ ਸੀ, ਆਮ ਪਰਿਵਾਰ ਜਿਹਾ ਜਿਹਾ ਪੰਜਾਬ ਬਹੁਤਾ ਪੰਜਾਬ ਆ। ਠੀਕ ਹੈ, ਬਦਲੇ ਮਾਨ ਸਾਹਿਬ ਬਦਲੇ CM ਬਣਨ ਤੋਂ ਬਾਅਦ ਜਾਂ ਉਦਾਂ ਹੀ ਨੇ? ਨਹੀਂ, ਸਾਡੇ ਨਾਲ ਤਾਂ ਕਿਸੇ ਨਾਲ ਬਦਲੇ ਨਹੀਂ ਜੀ, ਸਾਡੇ ਨਾਲ ਤਾਂ ਉਦਾਂ ਹੀ ਨੇ ਜੀ। ਔਰ ਕਰਮਜੀਤ ਅਨਮੋਲ? ਕਰਮਜੀਤ ਅਨਮੋਲ ਤਾਂ ਤੁਸੀਂ ਕਰਮਜੀਤ ਅਨਮੋਲ ਨੂੰ ਓਨਾ ਹੀ ਜਾਣਦੇ ਹੋ, ਪੰਜਾਬ ਸਾਰਾ ਜਾਣਦਾ। ਇਹਨਾਂ ਦੀ ਦਿਆਨਤਦਾਰੀ, ਇਹਨਾਂ ਦੀ ਲਗਨ, ਮਿਹਨਤ, ਇਹ ਮਾਇਨੇ ਰੱਖਦੀ ਆ। ਇਕੱਲਾ ਇਹ ਨਹੀਂ ਜਿਹੜਾ ਬੰਦਾ ਆਉਂਦਾ, ਇਹਨਾਂ ਦੀ ਇੰਡਸਟਰੀ 'ਚ ਫੀਡਬੈਕ ਲੈ ਕੇ ਦੇਖੋ ਕਿ ਕਰਮਜੀਤ ਕਿੱਦਾਂ ਦਾ ਬੰਦਾ। ਠੀਕ ਹੈ ਨਾ, ਇਹਨਾਂ ਦੇ ਪਿੰਡ 'ਚ ਜਾ ਕੇ ਪਤਾ ਕਰਕੇ ਦੇਖੋ ਕਿ ਕਰਮਜੀਤ ਕਿੱਦਾਂ ਦਾ ਬੰਦਾ। ਕਰਮਜੀਤ, ਕਿਉਂਕਿ ਤੁਸੀਂ ਹੁਣ ਤੱਕ ਤਾਂ ਪਿਛਲੇ 3 ਦਹਾਕਿਆਂ ਤੋਂ ਪੂਰੇ ਪੰਜਾਬੀਆਂ ਦੇ ਸੀਗੇ, ਲੇਕਿਨ ਹੁਣ ਤੁਸੀਂ ਵੰਡੇ ਜਾਓਗੇ। ਹੁਣ ਕਰਮਜੀਤ ਇਕੱਲਾ ਪੰਜਾਬੀਆਂ ਦਾ ਨਹੀਂ ਰਹੇਗਾ, ਕਰਮਜੀਤ ਆਮ ਆਦਮੀ ਪਾਰਟੀ ਦਾ ਬਣ ਜਾਏਗਾ ਔਰ ਕਾਂਗਰਸ ਧੜਾ ਕੁਛ ਨਿਸ਼ਾਨੇ ਸਾਧੇਗਾ, ਅਕਾਲੀ ਧੜਾ, BJP ਧੜਾ, ਉਹਦੇ ਲਈ ਤਿਆਰ? ਬਿਲਕੁਲ ਤਿਆਰ ਹਾਂ ਜੀ। ਕੁਛ ਵੀ ਅਸੀਂ ਆਪਣਾ ਕੰਮ ਕਰਨਾ, ਅਸੀਂ ਕਿਸੇ ਨੂੰ ਨੀਵਾਂ ਨਹੀਂ ਦਿਖਾਉਣਾ, ਅਸੀਂ ਆਪਣੀ ਲਾਈਨ ਵੱਡੀ ਕਰਨੀ ਹੈ, ਕਿਸੇ ਦੀ ਲਾਈਨ ਛੋਟੀ ਨਹੀਂ ਕਰਨੀ, ਕਿਉਂਕਿ ਨਾ ਮੈਂ ਕਿਸੇ ਦੇ ਕੋਈ ਵਿਰੋਧ 'ਚ ਬੋਲਿਆ ਨਾ ਬੋਲਣਾ, ਅਤੇ ਅਸੀਂ ਕੰਮ ਕਰਾਂਗੇ ਔਰ ਅਸੀਂ ਕੰਮਾਂ ਨੂੰ ਪ੍ਰਾਇਓਰਟੀ ਦੇਵਾਂਗੇ। ਜੇ ਅਸੀਂ ਕੰਮ ਚੰਗੇ ਕਰਾਂਗੇ ਤਾਂ ਲੋਕ ਆਪੇ ਜਵਾਬ ਦੇਣਗੇ, ਸਾਨੂੰ ਜਵਾਬ ਦੇਣ ਦੀ ਲੋੜ ਨਹੀਂ। ਤੁਹਾਡੇ ਜਵਾਬ ਤੋਂ ਮੈਨੂੰ ਐਂ ਲੱਗ ਰਿਹਾ ਜਿਵੇਂ ਮਾਨ ਸਾਹਿਬ ਨੇ ਪਹਿਲਾਂ ਤਿਆਰੀ ਕਰਾ ਦਿੱਤੀ, ਕਹਿੰਦੇ ਨਾ ਟਿਊਸ਼ਨ ਜਿਹੜੀ ਹੁੰਦੀ ਹੈ, ਜਿਹੜੀ ਟਿਊਸ਼ਨ ਜੁਗ ਨੂੰ ਮਸਤ 'ਚ ਵੀ ਹੁੰਦੀ ਸੀ, ਉਹ ਪੂਰੀ ਤਿਆਰੀ ਤੁਹਾਡੀ ਹੋਈ ਹੈ? ਨਹੀਂ, ਜਿੰਨੀ ਕੁ ਤਿਆਰੀ ਜੇ ਜਿੰਨੀ ਕੁ ਤਿਆਰੀ ਉਹਨਾਂ ਨੂੰ ਦੇਖ ਦੇਖ ਕੇ ਹੋ ਰਹੀ ਹੈ ਜੀ। ਅਦਰਵਾਈਜ਼ ਮੈਂ ਤਾਂ ਇਸ ਲਾਈਨ ਦਾ ਪਤਾ ਹੀ ਨਹੀਂ ਸੀਗਾ, ਮੈਨੂੰ ਤਾਂ ਅਚਾਨਕ ਹੀ ਮੈਨੂੰ ਤਾਂ ਇਹ, ਹਾਂ ਉਹਨਾਂ ਦੇ ਲਈ ਜ਼ਰੂਰ ਮੈਂ ਖੜਦਾ ਸੀਗਾ ਹਰੇਕ ਇਲੈਕਸ਼ਨ ਦੇ ਵਿੱਚ, ਪਰ ਮੇਰਾ ਆਪਣਾ ਜਮਾ ਹੀ ਨਹੀਂ ਸੀ, ਮੈਨੂੰ ਪਤਾ ਵੀ ਨਹੀਂ ਸੀ ਕਿ ਮੈਂ ਇਸ ਲਾਈਨ 'ਚ ਆ ਜਾਊਂਗਾ। ਕਿਉਂਕਿ ਇੰਡਸਟਰੀ ਨਾਲ ਤੁਹਾਡਾ ਬਹੁਤ ਪਿਆਰ ਹੈ, ਇੰਡਸਟਰੀ ਨੂੰ ਜਦੋਂ ਪਤਾ ਲੱਗਾ, ਕਿਸੇ ਦਾ ਫੋਨ ਆਇਆ ਗਿੱਪੀ ਦਾ ਜਾਂ ਕਿਸੇ ਦਾ ਫੋਨ ਆਇਆ ਕਿ ਹੁਣ ਅਸੀਂ ਤੇਰੇ ਨਾਲ ਕੰਪੇਨ ਕਰਨ ਆਵਾਂਗੇ ਜਾਂ ਤੈਨੂੰ ਬੈਸਟ ਆਫ ਲੱਕ। ਬਿਲਕੁਲ ਜੀ, ਗਿੱਪੀ ਦਾ ਵੀ ਫੋਨ ਆਇਆ, ਬਾਕੀਆਂ ਦਾ ਵੀ ਫੋਨ ਆਏ, ਕਈਆਂ ਦੇ ਚੱਕੇ ਨਹੀਂ ਗਏ ਕਿਉਂਕਿ ਫੋਨ ਅੱਜ ਕਾਫੀ ਸਾਰੇ ਆ ਰਹੇ ਸੀਗੇ ਤੇ ਮੌਕਾ ਨਹੀਂ ਮਿਲਿਆ ਫੋਨ ਚੱਕਣ ਦਾ, ਤੇ ਤਕਰੀਬਨ ਅੱਧੀ ਇੰਡਸਟਰੀ ਤੋਂ ਵੱਧ ਦੇ ਫੋਨ ਆ ਗਏ ਜੀ ਸਾਰਿਆਂ ਦੇ। ਕਿਸੇ ਦਾ ਅਜਿਹਾ ਕੋਈ ਕਮੈਂਟ ਜਾਂ ਕੋਈ ਮੈਸੇਜ ਤੁਹਾਨੂੰ ਜਿਹੜਾ ਸਭ ਤੋਂ ਸੋਹਣਾ ਲੱਗਾ ਹੋਵੇ? ਨਹੀਂ, ਸਾਰੇ ਵਧੀਆ ਕਮੈਂਟ ਆਏ ਨੇ ਜੀ, ਸਾਰੇ ਕਹਿੰਦੇ ਅੱਛੀ ਗੱਲ ਆ, ਅਸੀਂ ਤੁਹਾਡੇ ਨਾਲ ਖੜੇ ਹਾਂ। ਇਹ ਸਭ ਤੋਂ ਵਧੀਆ ਲੱਗਦਾ ਹੁੰਦਾ ਜਦੋਂ ਭਰਾ ਨਾਲ ਖੜਨ, ਤਾਂ ਸਭ ਨੂੰ ਵਧੀਆ ਲੱਗਦਾ। ਚਲੋ, ਫਰੀਦਕੋਟ ਦੇ ਲੋਕ ਤੁਹਾਨੂੰ ਦੇਖਦੇ ਵੀ ਹੋਣੇ ਆ, ਹੁਣ ਜੋ ਤੁਸੀਂ ਵੋਟ ਮੰਗਣ ਜਾਣਾ, ਕਿਸ ਸਟਾਈਲ 'ਚ ਜਾਓਗੇ? ਕੁੜਤਾ ਪਜਾਮਾ ਪਾ ਕੇ ਜਾਓਗੇ ਕਿਉਂਕਿ ਹੁਣ ਤਾਂ ਜੀਨ ਪੈਂਟ 'ਚ ਚਲੇ ਜਾਂਦੇ ਹੋ, ਜਾਂ ਕਿਸ ਅੰਦਾਜ਼ 'ਚ ਤੁਸੀਂ ਜਾਓਗੇ, ਹੱਥ ਜੋੜੋਗੇ? ਦੇਖੋ ਜੀ, ਤੁਸੀਂ ਅੰਦਰੋਂ ਇਨਸਾਨ ਹੋਣੇ ਚਾਹੀਦੇ ਹੋ, ਬਾਹਰੋਂ ਜਿਹੋ ਜਿਹਾ ਮਰਜ਼ੀ ਪਹਿਰਾਵਾ ਹੋਵੇ ਤੁਹਾਡਾ, ਤੁਹਾਡੇ 'ਚ ਮਤਲਬ ਜਾਲੀ ਪੁਣਾ ਨਾ ਹੋਵੇ, ਫੇਕ ਪੁਣਾ ਨਾ ਹੋਵੇ, ਉਹ ਜਿਹੋ ਜਿਹੇ ਮਰਜ਼ੀ ਕੱਪੜੇ ਪਾ ਕੇ ਜਾਓ। ਇਹ ਜ਼ਰੂਰੀ ਨਹੀਂ ਕਿ ਪੋਲੀਟੀਸ਼ੀਅਨ ਇਕੱਲੇ ਕੁੜਤੇ ਪਜਾਮੇ ਨਾਲ ਹੀ ਜਾਂਦੇ ਨੇ। ਗਿੱਪੀ ਜਾਂ ਕੋਈ ਬਾਕੀ ਬੰਦੇ ਵੀ ਆਉਣਗੇ ਕੈਂਪੇਨ ਕਰਨ ਦੇ? ਬਿਲਕੁਲ ਜੀ, ਤਕਰੀਬਨ ਸਾਰੀ ਇੰਡਸਟਰੀ ਆਊਗੀ ਜੀ। ਠੀਕ ਹੈ, ਤੁਹਾਡੀ ਜ਼ਿੰਮੇਵਾਰੀ ਹੈ ਵਿਧਾਇਕ ਸਾਹਿਬ,
ਕਿਉਂਕਿ 9 ਹਲਕੇ ਲੱਗਦੇ ਆ, ਲੱਗਦਾ ਹੈ ਕਿ ਕਰਮਜੀਤ ਅਨਮੋਲ ਸਹੀ ਚਿਹਰਾ ਪਾਰਟੀ ਨੇ ਚੁਣਿਆ? ਬਿਲਕੁਲ ਸਹੀ ਚਿਹਰਾ ਜੀ, ਸਾਡੇ ਹਿਸਾਬ ਨਾਲ ਮੈਂ ਬਾਈ ਜੀ ਨੂੰ ਅੱਜ ਫੋਨ ਕਰਕੇ ਵਧਾਈਆਂ ਵੀ ਦਿੱਤੀਆਂ। ਸੋ ਸਾਡੇ ਵਾਸਤੇ ਸਾਨੂੰ ਆਸ ਸੀਗੀ ਇਸ ਗੱਲ ਦੀ। ਸੋ ਸਾਡੇ ਹਲਕੇ 'ਚ ਪੂਰੀ ਖੁਸ਼ੀ ਦੀ ਲਹਿਰ ਹੈ, ਦਫ਼ਤਰਾਂ 'ਚ ਜਾਂ ਪਿੰਡਾਂ 'ਚ ਵਧੀਆ ਲੱਡੂ ਵੰਡੇ ਜਾ ਰਹੇ, ਸਾਰੇ ਜਾਣੇ ਖੁਸ਼ ਹੈ ਮਤਲਬ ਇਸ ਉਮੀਦ ਤੋਂ ਬਾਅਦ। ਠੀਕ ਹੈ, ਲਾਸਟ ਸਵਾਲ ਹੈ, ਕਿਉਂਕਿ ਮਾਨ ਸਾਹਿਬ ਨੇ ਜਦੋਂ ਸਿਆਸਤ 'ਚ ਆ ਗਏ ਉਹਨਾਂ ਨੇ ਆਪਣਾ ਉਹ ਸਟਾਈਲ ਨਹੀਂ ਛੱਡਿਆ ਆਸਾਮ ਦਾ, ਉਸੇ ਅੰਦਾਜ਼ 'ਚ ਉਸੇ ਸਟਾਈਲ 'ਚ ਵਿਰੋਧੀਆਂ ਦੇ ਉੱਤੇ ਨਿਸ਼ਾਨਾ ਸਾਧਦੇ ਸੀਗੇ। ਤੁਹਾਡਾ ਜਿਹੜਾ ਜਿਹੜੀ ਤੁਹਾਡੀ ਟਾਈਮਿੰਗ ਹੈ ਉਹ ਕਮੇਡੀ ਲਈ ਜਾਣੀ ਜਾਂਦੀ, ਸੀਰੀਅਸ ਰੋਲ ਵੀ ਕਈ ਥਾਵਾਂ ਤੇ ਕੀਤੇ ਹੈ, ਤੁਹਾਡਾ ਜਿਹੜਾ ਭਾਸ਼ਣ ਦਾ ਸਟਾਈਲ ਹੋਏਗਾ ਉਹ ਕਿਸ ਤਰੀਕੇ ਨਾਲ, ਉਸੇ ਹਸਾਨ ਵਾਲੇ ਅੰਦਾਜ਼ 'ਚ ਹੋਏਗਾ ਜੋ ਮਾਨ ਸਾਹਿਬ ਦਾ ਸਟਾਈਲ ਹੈ, ਜਾਂ ਸੀਰੀਅਸ ਰੋਲ ਦੇ ਵਿੱਚ ਕਰਮਜੀਤ ਅਨਮੋਲ ਨੂੰ ਦੇਖਾਂਗੇ? ਦੇਖੋ ਜੀ, ਉਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ, ਸਾਹਮਣੇ ਵਾਲੀ ਸਿਚੁਏਸ਼ਨ ਦੱਸਦੀ ਹੁੰਦੀ ਹੈ ਕਿ ਕਿੱਦਾਂ ਦੀ ਗੱਲ ਕਰਨੀ ਹੈ, ਉਹ ਆਉਣ ਵਾਲਾ ਸਮਾਂ ਦੱਸੂ। ਪਿੱਚ ਤਿਆਰ ਹੈ ਤੁਹਾਡੇ ਲਈ? ਸਭ ਕੁਝ ਤਿਆਰ ਹੀ ਹੈ ਜੀ। ਠੀਕ, ਕਰਮਜੀਤ ਅਨਮੋਲ ਪੰਜਾਬੀ ਇੰਡਸਟਰੀ ਦਾ ਇੱਕ ਵੱਡਾ ਨਾਮ ਔਰ ਭਗਵੰਤ ਮਾਨ ਦੇ ਬੇਹੱਦ ਖਾਸਮ ਖਾਸ, ਫਰੀਦਕੋਟ ਤੋਂ ਪਾਰਟੀ ਦੇ ਵੱਲੋਂ, ਆਮ ਆਦਮੀ ਪਾਰਟੀ ਦੇ ਵੱਲੋਂ ਟਿਕਟ ਮਿਲੀ ਹੈ। ਇਹ ਲੋਕਾਂ ਨੇ ਤੈਅ ਕਰਨਾ, ਲੋਕਾਂ ਨੇ ਫਤਵਾ ਜਾਰੀ ਕਰਨਾ ਹੈ ਕਿ ਕਿਸ ਨੂੰ ਜਿਤਾਉਣਾ, ਲੇਕਿਨ ਫਰੀਦਕੋਟ ਕਾਫੀ ਇੰਟਰਸਟਿੰਗ ਹੈ ਕਿਉਂਕਿ ਇੱਥੋਂ ਇਹਨਾਂ ਦੇ ਪੁਰਾਣੇ ਉਸਤਾਦ ਮੁਹੰਮਦ ਸਦੀਕ ਹੋਰੀ ਮੌਜੂਦਾ ਮੈਂਬਰ ਪਾਰਲੀਮੈਂਟ ਵੀ ਨੇ। ਕੈਮਰਾਮੈਨ ਸੁਖਜਿੰਦਰ ਦੇ ਨਾਲ ਪੰਕਜ ਭਾਈ, ਨਿਊਜ਼ 18 ਮੋਹਾਲੀ।